ਬਟਾਲਾ ਦੇ ਨਹਿਰੂ ਗੇਟ ਇਲਾਕੇ 'ਚ ਇੱਕ ਅਲਕਾ ਨਾਮਕ ਔਰਤ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਆਪਣੀ ਬਾਂਹ ਦੀ ਨਸ ਕੱਟ ਲਈ ਹੈ, ਜਿਸ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਔਰਤ ਦੇ ਪਤੀ ਮੁਤਾਬਿਕ ਉਸਦਾ ਇਹ ਵਿਆਹ ਤੀਸਰਾ ਵਿਆਹ ਹੈ ਤੇ ਉਸ ਦੀ ਮਾਂ ਨੇ ਉਸ ਦੀਆਂ ਪਹਿਲੀਆਂ ਦੋ ਪਤਨੀਆਂ ਨਾਲ ਬਦਸਲੂਕੀ ਕਰਕੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਸੀ। ਪੀੜਤ ਪਤੀ ਦੇ ਮੁਤਾਬਿਕ ਹੁਣ ਵੀ ਉਸ ਦੀ ਪਤਨੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਲੇਸ਼ ਦੇ ਚਲਦੇ ਹੀ ਪੀੜਤ ਪਤੀ ਬਾਹਰ ਕੰਮ ਤੇ ਗਿਆ ਸੀ ਤੇ ਉਸ ਦੀ ਪਤਨੀ ਨੇ ਆਪਣੀ ਬਾਂਹ ਦੀ ਨਸ ਕੱਟ ਲਈ। ਮੈਨੂੰ ਘਰ 'ਚ ਨਹੀਂ ਰਹਿਣ ਦਿੰਦੇ, 3 ਮਹੀਨੇ ਹੋਏ ਆ ਸਾਰੇ ਵਿਆਹ ਨੂੰ, ਤੇ ਕਹਿੰਦੀ ਕਿ ਬਸ ਇੱਥੋਂ ਨਿਕਲ ਜਾ, ਕੋਈ ਹਿੱਸਾ ਨਹੀਂ ਦੇਣਾ, ਕੁਛ ਨਹੀਂ ਦੇਣਾ। ਪਹਿਲਾਂ ਵੀ ਆਪਣੇ ਮੁੰਡੇ ਦੇ ਨੇ 2 ਵਿਆਹ ਕੀਤੇ ਸੀ, ਤੀਸਰਾ ਵਿਆਹ ਹੁਣ ਫੇਰ ਕੀਤਾ ਉਹਨਾਂ ਨੇ ਮੇਰੇ ਨਾਲ। ਮੈਂ ਗੁਰਦਾਸਪੁਰ ਦੀ ਹਾਂ, ਪਰ ਮੈਂ ਮੇਰੇ ਨਾਲ ਉਹਦੀ ਕੋਈ ਲੜਾਈ ਨਹੀਂ ਹੈਗੀ, ਉਹ ਮੇਰੇ ਨਾਲ ਚੰਗੇ ਰਹਿੰਦੇ ਆ। ਬਸ ਉਹ ਕਹਿੰਦੇ ਕਿ ਹਾਂ ਇਹਦੇ ਨਾਲ ਵੀ ਨਾ ਰਹੇ, ਕਦੀ ਬਾਬਿਆਂ ਨੂੰ ਜਾ ਕੇ ਕੁਛ ਕਰਾਉਂਦੇ, ਕਦੀ ਕੁਛ ਕਰਾਉਂਦੇ ਆ, ਪਰ ਮੈਂ ਨਹੀਂ ਬੋਲਦੀ ਹੈਗੀ। ਲੇਕਿਨ ਅੱਜ ਮੈਨੂੰ ਪਤਾ ਨਹੀਂ ਕੀ ਹੋ ਗਿਆ, ਮੈਂ ਨਹੀਂ ਜਾਣਦੀ ਮੇਰੇ ਦਿਮਾਗ ਨੂੰ ਕੀ ਹੋਇਆ ਕੀ ਨਹੀਂ। ਮੈਨੂੰ ਬਹੁਤ ਪਰੇਸ਼ਾਨ ਕਰਦੇ ਰਹਿੰਦੇ ਮੇਰੇ ਆਦਮੀ ਨੂੰ, ਕਦੀ ਮੈਨੂੰ, ਮੈਂ ਕਿੱਥੇ ਜਾਵਾਂ? ਦੀਦੀ, ਮੇਰੇ ਨਨਾਣ, ਕਦੀ ਕੁਛ ਕਦੀ ਕੁਛ, ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਇਸ ਕਰਕੇ ਸਭ ਕੁਛ ਹੋਇਆ। ਕੱਟ ਮੈਨੂੰ ਨਹੀਂ ਪਤਾ, ਮੈਂ ਮੈਨੂੰ ਖੁਦ ਨੂੰ ਨਹੀਂ ਪਤਾ ਕਿ ਮੈਨੂੰ ਕੀ ਹੈ। ਬੋਲਦੇ ਆ ਬੋਲਦੇ, ਮੈਨੂੰ ਹਰ ਟਾਈਮ ਇਹੀ ਕਹਿੰਦੇ ਕਿ ਤੂੰ ਸਾਡੇ ਮੁੰਡੇ ਨਾਲ ਨਹੀਂ ਰਹਿਣਾ, ਕਿਤੇ ਜਾਣਾ ਨਹੀਂ ਆਉਣਾ ਨਹੀਂ। ਅਤੇ ਜਿਸ ਨਾਲ ਮੈਂ ਲਾਵਾਂ ਲਈਆਂ ਸਾਰਾ ਕੁਛ, ਮੈਂ ਉਹਦੇ ਨਾਲ ਵਿਆਹ ਤਾਂ ਕੀਤਾ, ਤੂੰ ਉਸ ਇਨਸਾਨ ਨਾਲ ਮੈਂ ਜ਼ਿੰਦਗੀ ਨਹੀਂ ਬਿਤਾਉਣੀ, ਅਤੇ ਮੈਂ ਕਿਹਨੇ ਜ਼ਿੰਦਗੀ ਬਿਤਾਉਣੀ ਹੈ ਤੁਸੀਂ ਮੈਨੂੰ ਦੱਸੋ, ਕੀ ਕਰਾਂ ਮੈਂ, ਕਿੱਥੇ ਜਾਵਾਂ? ਕੰਮ ਕਰਨਾ ਵਾ, 2 ਮਹੀਨੇ ਹੋਏ 2.5 ਵਿਆਹ ਨੂੰ, ਮਾਤਾ ਬੜਾ ਤੰਗ ਪਰੇਸ਼ਾਨ ਕਰਦੀ ਹੈ। ਅੱਗੇ ਵੀ 2 ਵਿਆਹ 3 ਕਰ ਚੁੱਕੀ ਹੈ, ਜਦੋਂ ਵੀ ਵਿਆਹ ਕਰਦੀ ਤਾਂ ਘਰੋਂ ਕੱਢ ਦਿੰਦੀ ਮੈਨੂੰ, ਹੁਣ ਫਿਰ ਤੀਜਾ ਵਿਆਹ ਕੀਤਾ, ਹੁਣ ਫਿਰ ਕਹਿੰਦੀ ਘਰੋਂ ਨਿਕਲ ਜਾ। ਅਤੇ ਮੈਂ ਕੰਮ 'ਤੇ ਲੱਗਾ ਸੀ ਬਾਅਦ, ਮਗਰੋਂ ਪਤਾ ਨਹੀਂ ਕੀ ਗੱਲ ਹੋਈ, ਆਈ ਮਗਰੋਂ ਕੀ ਹੋਇਆ ਕੀ ਨਹੀਂ। ਅਤੇ ਮੈਂ ਜਦੋਂ ਆਇਆ ਤਾਂ ਆਉਂਦਿਆਂ ਨੂੰ ਲਹੂ ਲਹਾਣ ਹੋਇਆ ਰਹੇ ਘਰ 'ਤੇ, ਖੂਨ ਡੁੱਲਾ ਦਾ ਆਈ, ਤਾਂ ਮੈਂ ਫਿਰ ਚੁੱਕ ਕੇ ਇੱਥੇ ਲੈ ਆਇਆ ਹਸਪਤਾਲ। ਇੱਦਾਂ ਹੀ ਘਰੋਂ ਰਹਿ ਨਹੀਂ ਦਿੰਦੀ, ਕਹਿੰਦੀ ਕਿਰਾਏ 'ਤੇ ਜਾਓ, ਕਿਰਾਏ 'ਤੇ ਜਾਓ, 3 ਵਾਰੀ ਇੱਦਾਂ ਹੋ ਚੁੱਕਾ ਹੈ, ਹਿੱਸਾ ਵੀ ਨਹੀਂ ਦਿੰਦੀ। ਨਹਿਰੂ ਗੇਟ ਰਹਿੰਦੇ, ਮੈਂ ਪੈਸੇ ਫੜਾਏ ਉਹ ਵੀ ਨਹੀਂ ਦਿੰਦੀ, ਗਹਿਣਾ ਗੱਟਾ ਸਾਰਾ ਘੁੱਟ ਲਈਦਾ, ਦਿੰਦੀ ਨਹੀਂ। ਕੁੜੀਆਂ ਮਗਰ ਲੱਗੀ ਭੈਣਾਂ ਦੇ, ਭੈਣਾਂ ਜੋ ਕਹਿੰਦੀਆਂ ਉਹ ਫਿਰ ਮਾਈ ਕਰੀ ਜਾਂਦੀ ਹੈ। ਫਿਲਹਾਲ ਪੀੜਤਾ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ, ਖਬਰ ਹਰਪਲ, ਇੰਡੀਆ ਲਈ।